ਤੇ ਇਸ ਵਾਇਰਸ ਦੇ ਪ੍ਰਕੋਪ ਦੇ ਚੱਲਦੇ ਆ ਬਰਨਾਲਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡਿਆ। ਰਾਸ਼ਨ ਦੀ ਕਿੱਟ ਦਿੱਤੀ ਗਈ ਤੇ ਉੱਥੇ ਹੀ ਆਟਾ, ਦਾਲ, ਚੀਨੀ, ਚੌਲ, ਘੀ ਸਣੇ ਕਈ ਜ਼ਰੂਰਤਮੰਦ ਚੀਜ਼ਾਂ ਦਿੱਤੀਆਂ ਗਈਆਂ। ਦੇ ਜਿਹੜੇ ਪ੍ਰਧਾਨ ਨੇ ਗੋਬਿੰਦ ਸਿੰਘ ਲੌਂਗੋਵਾਲ, ਉਹ ਵੀ ਇੱਥੇ ਪਹੁੰਚੇ ਹੋਏ ਨੇ। ਆਪਾਂ ਗੱਲ ਕਰਦੇ ਹਾਂ ਕੀ ਪ੍ਰਬੰਧ ਨੇ ਔਰ ਕਿਸ ਤਰੀਕੇ ਨਾਲ ਜਾ ਰਿਹਾ ਜਿਹੜਾ ਲੰਗਰ ਵੰਡਿਆ ਜਾ ਰਿਹਾ, ਕੀ ਕਹਿਣਾ ਚਾਹੁੰਗੇ? ਦੇਖੋ, ਜੋ ਕਰੋਨਾ ਵਾਇਰਸ ਦਾ ਅੱਜ ਸਾਰੇ ਸੰਸਾਰ ਦੇ ਵਿੱਚ ਬਹੁਤ ਵੱਡੀ ਕਰੋਪੀ ਦਾ ਸ਼ਿਕਾਰ ਹੋ ਰਹੇ ਨੇ, ਸਾਰੇ ਸੰਸਾਰ ਦੇ ਵਿੱਚ ਇਹ ਬਿਮਾਰੀ ਫੈਲੀ ਹੋਈ ਹੈ। ਮੈਂ ਸਾਰੇ ਜਿਹੜੇ ਸਾਡੇ ਗੁਰੂ ਘਰਾਂ ਦੇ ਮੈਨੇਜਰ ਨੇ, ਉਹਨਾਂ ਨੂੰ ਵੀ ਹਦਾਇਤਾਂ ਕੀਤੀਆਂ ਨੇ ਕਿ ਹਰ ਗੁਰੂ ਘਰ ਦੇ ਵਿੱਚ ਜਿਹੜਾ ਲੰਗਰ ਤਿਆਰ ਕਰਕੇ, ਲੰਗਰ ਪੈਕ ਕਰਕੇ ਉਹਨਾਂ ਗਰੀਬਾਂ ਤੱਕ ਸਾਰਾ ਪਹੁੰਚਾਇਆ ਜਾਵੇ, ਜਿਹੜੇ ਵਿਚਾਰੇ ਰੋਟੀ ਰੋਜ਼ੀ ਤੋਂ ਅੱਤ ਨੇ। ਤੁਸੀਂ ਦੇਖ ਰਹੇ ਹੋ ਵਿਚਾਰੇ ਆ ਝੌਂਪੜੀਆਂ 'ਚ ਰਹਿ ਰਹੇ ਨੇ ਸਾਰੇ ਗਰੀਬ, ਨਾ ਇਹਨਾਂ ਕੋਲ ਘਰ ਹੈ ਰਹਿਣ ਨੂੰ, ਨਾ ਕੋਈ ਹੋਰ ਇੰਨੀਆਂ ਸਹੂਲਤਾਂ ਰਹਿਣ ਨੂੰ। ਰੋਜ਼ ਵਿਚਾਰੇ ਰੋਜ਼ ਮਜ਼ਾ ਦੀ ਆਪਦਾ ਕਿਰਤ ਕਰਕੇ ਖਾਂਦੇ ਸੀ, ਅੱਜ ਕਈ ਕਈ ਦਿਨਾਂ ਦੇ ਭੁੱਖੇ ਵੀ ਹੈਗੇ ਨੇ। ਇਸ ਕਰਕੇ ਅੱਜ ਅਸੀਂ ਇੱਥੇ ਸਾਰਾ ਇਹਦੇ ਝੌਂਪੜੀਆਂ ਦੇ ਵਿੱਚ ਪਹੁੰਚੇ ਹਾਂ, ਇਹਨਾਂ ਨੂੰ ਲੰਗਰ ਵਰਤਾਇਆ ਜਾ ਰਿਹਾ, ਔਰ ਮੈਂ ਆਪ ਵੀ ਸਾਰੇ ਧਿਆਨ ਦੇ ਰਿਹਾ, ਸਾਰੇ ਦੇਖ ਰਿਹਾ, ਨਿਗਰਾਨੀ ਰੱਖ ਕਰ ਰਿਹਾ ਸਾਰੇ, ਜਿੱਥੇ ਜਿੱਥੇ ਵੀ ਲੋੜਵੰਦ ਨੇ ਉੱਥੇ ਸਾਡੀ ਜਿਹੜਾ ਲੰਗਰ ਹੈ ਗੁਰੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਥੇ ਪਹੁੰਚਾਇਆ ਜਾ ਸਕੇ, ਤਾਂ ਕਿ ਕੋਈ ਭੁੱਖਾ ਵੀਰ ਨਾ ਸੌਵੇ ਇਸ ਪੰਜਾਬ ਦੀ ਧਰਤੀ 'ਤੇ। ਸਾਡਾ ਇਹੀ ਸਾਡਾ ਜਿਹੜਾ ਹੈ ਮਨ ਦੀ ਇੱਛਾ ਹੈਗੀ ਹੈ, ਜੋ ਮੈਂ ਸਮਝਦਾ ਕਿ ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਹਿੱਸਾ ਪਾਉਣਾ ਚਾਹੀਦਾ। ਜਿਹੜੇ ਕੋਈ ਚੰਗੇ ਘਰ ਨੇ, ਚੰਗੇ ਰਸਦੇ ਵਸਦੇ ਲੋਕ ਨੇ ਜਾਂ ਸੰਸਥਾਵਾਂ ਨੇ, ਸਾਰੀਆਂ ਰਲ ਮਿਲ ਕੇ ਆਪਾਂ ਜੇ ਉਪਰਾਲੇ ਕਰਾਂਗੇ। ਜਿਹੜੀ ਮੈਡੀਕਲ ਦੀ ਸਹੂਲਤ ਉਹ ਵੀ ਦਿੱਤੀ ਜਾ ਰਹੀ ਹੈ? ਦੇਖੋ, ਮੈਡੀਕਲ ਦੀ ਸਹੂਲਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਜਾ ਰਹੀ ਹੈ। ਅਸੀਂ ਆਪਣੀਆਂ ਐਂਬੂਲੈਂਸਾਂ ਹਮੇਸ਼ਾ ਤਿਆਰ ਰਹਿੰਦੀਆਂ ਸਾਡੀਆਂ, ਗੁਰੂ ਰਾਮਦਾਸ ਯੂਨੀਵਰਸਿਟੀ ਜਿਹੜੀ ਸਾਡੀ ਹੈਗੀ ਹੈ ਉਹਨਾਂ ਦੇ ਵਿੱਚੋਂ ਅਸੀਂ ਮਾਸਕ ਵੀ ਦੇ ਰਹੇ, ਉਹ ਦਵਾਈਆਂ ਵੀ ਮੁਫਤ ਸਾਰੀਆਂ ਵੰਡ ਰਹੇ, ਅਤੇ ਇਸ ਕਰਕੇ ਉੱਥੋਂ ਦੇ ਜਿਹੜੇ ਵਾਰਡ ਨੇ ਅਸੀਂ ਉਹ ਵੀ ਖਾਲੀ ਕਰਾ ਕੇ ਰੱਖੇ ਹੋਏ ਨੇ, ਜਦੋਂ ਵੀ ਕਿਤੇ ਲੋੜ ਪਵੇ ਸਰਕਾਰ ਨੂੰ ਜਾਂ ਕਿਸੇ ਨੂੰ ਵੀ ਲੋੜ ਪਵੇ ਉਹਨੂੰ ਵਰਤਿਆ ਜਾ ਸਕੇ। ਇਸ ਆਪਦਾ ਨੂੰ ਆਪਾਂ ਰਲ ਮਿਲ ਕੇ ਨਿਪਟਾ ਸਕਦੇ ਹਾਂ, ਇਸ ਕਰੋਨਾ ਵਾਇਰਸ ਨੂੰ ਜੇ ਪੰਜਾਬ 'ਚੋਂ ਔਰ ਦੇਸ਼ 'ਚੋਂ ਖਤਮ ਕਰਨਾ ਤਾਂ ਸਾਨੂੰ ਇੱਕ ਦੂਜੇ ਦਾ ਸਹਿਯੋਗ ਕਰਨਾ ਪਊਗਾ। ਕੈਮਰਾ ਪਰਸਨ ਕਰਮਜੀਤ ਦੇ ਨਾਲ ਦਵਿੰਦਰ ਸ਼ਰਮਾ, ਜੀ ਮੀਡੀਆ, ਬਰਨਾਲਾ।